ਬਿਜ਼ੀ ਨੇ ਜੀ, ਗੋਸ਼ਟ ਕਰ ਰਹੇ ਨੇ। ਕੱਲ ਸ਼ੁਰੂ ਹੋਇਆ ਲਗਾਤਾਰ ਕੰਮ। ਠੀਕ ਹੈ, ਕੋ ਰਾਜ ਰੁਪਈਆ ਕਮਾ ਲੈ ਜੇ ਤੁਹਾਡੇ ਕੋਲ। ਇਨਸ਼ਾ ਅੱਲਾ ਰਾਜ ਪੈਸੇ ਕਮਾਏ ਨੇ। ਮਾਨ ਕਰ ਦੀ ਗੱਲ ਹੈ, ਜਿੰਨਾ ਯੂਰਪ ਵਾਲੇ ਮਹੀਨੇ ਹੀ ਨਹੀਂ ਕਮਾਉਂਦੇ, ਹਾਂ ਅਸੀਂ ਤਿੰਨ ਤਿੰਨ ਦਿਨਾਂ ਹੀ ਕਮਾਏ ਜੇ। ਬਾਕੀ ਠੀਕ ਹੋ ਗਿਆ। ਯੂਰਪ ਵਾਲੇ ਕਰ ਦੀਆ ਫੋਨ ਵਿੱਚ ਰਿੰਗ ਟੋਨ, ਤੂੰ ਫੋਨ ਮੇਰਾ ਚੱਕ ਦਾ ਇਸ਼ਕ ਤੇਰਾ ਇਸ਼ਕ ਮੈਨੂੰ ਸੌਣ ਨਾ ਦੇਵੇ ਇਸ਼ਕ ਤੇਰਾ। ਸਾਡੇ ਦਰਜ਼ੀ ਨੇ ਪੱਤੇ ਦੇ ਅਤੇ ਸਭ ਤੋਂ ਜਿਹੜੇ ਚੰਗੇ ਅਤੇ ਪੁਰਾਣੇ ਦਰਜ਼ੀ ਨੇ, ਇਹਨਾਂ ਨੂੰ ਬਹੁਤ ਅਲੱਗ ਦਿੱਤਾ ਗਿਆ ਅਤੇ ਇਹਨਾਂ ਕੋਲ ਪੁੱਛਣ ਆਈ ਸੀ ਕੈਸੀ ਗੁਜ਼ਰੀ ਹੈ, ਕਿਸ ਤਰ੍ਹਾਂ ਦਾ ਕੰਮ ਤੁਹਾਡਾ ਰਿਹਾ। ਅਸਲਾਮ ਵਾਲੇਕੁਮ ਬੋਸ ਸਾਹਿਬ ਜੀ। ਵਾਲੇਕੁਮ ਸਲਾਮ ਬੋਸ ਸਾਹਿਬ, ਈਦ ਕੈਸੀ ਲੱਗੀ ਤੁਹਾਡੀ ਜੀ? ਅਲਹਮਦੁਲਿਲਾ ਠੀਕ ਠਾਕ। ਠੀਕ ਹੋ ਗਿਆ ਕੰਮ ਜੀ? ਅਲਹਮਦੁਲਿਲਾ। ਕੋਈ ਦਾਗ ਹੈ ਤਾਂ ਨਹੀਂ ਹੋਇਆ? ਨਹੀਂ ਨਹੀਂ, ਅਲਹਮਦੁਲਿਲਾ ਠੀਕ ਕੰਮ ਹੋ ਗਿਆ। ਬਿਜਲੀ ਹੈ ਧੋਤਾ, ਪਹਿਲਾਂ ਤੰਗ ਕੀਤਾ, ਆਖਰ ਦੇ ਦਿਨ ਤਿੰਨ ਚਾਰ ਠੀਕ ਰਹੀ। ਦਿਨ ਸੂਟ ਹੈ ਜੀ, ਚਾਰ ਪੰਜ ਹੋ ਜਾਂਦੇ ਆ। ਜ਼ਿਆਦਾ ਰਸ਼ ਮਰਦਾਨਾ ਸੂਟ ਦਾ ਜਾਂ ਜਨਾਨਾ ਦਾ? ਦੋਵੇਂ ਬਰਾਬਰ ਹੀ ਹੈ ਕੰਮ। ਸਿਲਾਈ ਦੋਵਾਂ ਦੀ ਕੀ? ਜਨਾਨਾ ਮਰਦਾਨਾ ਲਈ ਜਾ ਤੇ ਬਚਗਾਨਾ ਉਹ ਥੋੜਾ ਘੱਟ ਹੈ। ਆਪ ਸਾਹਿਬ ਕੇ ਸਮਝੇ ਗੋਸ਼ਤ ਠੀਕ ਸਰ? ਵੀ ਗੋਸ਼ਤ ਬਿਹਤਰੀਨ ਹੈ ਜਨਾਬ ਮੇਰੀ। ਮੈਂ ਆਪਣਾ ਰਾਣਾ ਰਫੀਕ ਸਾਈ ਤੋਂ ਬੁਲਾਉਂਦਾ। ਕਿਸ ਤਰ੍ਹਾਂ ਦਾ? 2 ਕਿਲੋ ਗੋਸ਼ਤ।
ਸਲਾਮ ਅਲੈਕੁਮ ਚਾਲੇ ਠੀਕ ਹੋ ਈਦ ਮੁਬਾਰਕ ਮੇਰੀ ਤਰਫੋਂ ਜਨਾਬ ਮੇਰੇ ਜਿੰਨੇ ਫਤਾਵਾਨ ਦੇ ਬੰਦੇ ਨੇ ਉਹਨਾਂ ਸਾਰਿਆਂ ਨੂੰ ਚੁੱਕੀ ਚੁੱਕੀ ਈਦ ਮੁਬਾਰਕ ਖੁਸ਼ੀ ਤੌਰ ਤੇ ਮੇਰੇ ਮਾਮੂ ਸਬਰ ਨੇ ਬਹੁਤ ਸਾਹਿਬ ਇਹਨਾਂ ਨੂੰ ਚੁੱਕ ਚੁੱਕੀ ਈਦ ਮੁਬਾਰਕ ਵੱਡ ਸਾਹਿਬ ਨੇ ਗੁਰੂ ਸਾਹਿਬ ਨੇ ਇਸ ਚੈਨਲ ਦੇ ਮੇਨ ਓਨਰ ਸਾਹਿਬ ਨੇ ਜਿਹੜੇ ਗੁਰੂ ਸਾਹਿਬ ਨਾਸਰ ਇਕਬਾਲ ਫਤਾਵਾਨ ਦੇ ਉਹਨਾਂ ਨੂੰ ਈਦ ਮੁਬਾਰਕ ਨਾਲ ਨੇ ਜਨਾਬ ਮੇਰੇ ਜ਼ੈਨ ਖੜਾ ਸਾਹਿਬ ਉਹਨਾਂ ਨੂੰ ਈਦ ਮੁਬਾਰਕ ਅਤੇ ਬਾਕੀ ਜਨਾਬ ਮੇਰੇ ਪੂਰੇ ਫਤਾਵਾਨ ਨੂੰ ਪਰਦੇਸੀਆਂ ਭਰਾਵਾਂ ਨੂੰ ਮੇਰੀ ਤਰਫੋਂ ਚੁੱਕੀ ਚੁੱਕੀ ਈਦ ਮੁਬਾਰਕ ਕਰੋ
मैं बड़ी उम्मीद करना कि वीडियो तुहानू पसंद आई होगी। चैनल में सब्सक्राइब तो लाइक शेयर जरूर करो। मिलने नेक्स्ट वीडियो नाल। खुदा हाफिज़।